Ben attends. काम कर दिया है तो हमारी छोरी पे आ जाए दीदी सुना ਤਾਂ ਬੇਹੱਦ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇੱਕ ਭਰਾ ਦੇ ਵੱਲੋਂ ਆਪਣੇ ਭੈਣ ਦੇ ਗੋਲੀਆਂ ਮਾਰੀਆਂ ਗਈਆਂ ਨੇ। ਜੀ ਹਾਂ, ਭਰਾ ਨੇ ਭੈਣ ਦਾ ਕਤਲ ਕਰ ਦਿੱਤਾ ਹੈ। ਲਵ ਮੈਰਿਜ ਤੋਂ ਚਿੜਦਾ ਸੀ ਨਾਬਾਲਗ ਭਰਾ, ਘੱਟ ਉਮਰ ਦਾ ਇਹ ਨੌਜਵਾਨ ਜਿਸਦੀ ਭੈਣ ਫਰਵਰੀ ਮਹੀਨੇ ਦੇ ਵਿੱਚ ਭੱਜ ਕੇ ਜਿਸਨੇ ਵਿਆਹ ਕਰਵਾਇਆ, ਜਿਸ ਤੋਂ ਬਾਅਦ ਭਰਾ ਲਗਾਤਾਰ ਨਾਰਾਜ਼ ਸੀ। ਮੌਕਾ ਲੱਭ ਰਿਹਾ ਸੀਗਾ ਵਾਰਦਾਤ ਕਰਨ ਦਾ ਤੇ ਇਹਦੇ ਕੋਲ ਪਿਸਟਲ ਵੀ ਦਿਖਾ ਰਿਹਾ। ਤੁਹਾਨੂੰ ਦੱਸੀਏ ਕਿ ਕਤਲ ਕਰਨ ਤੋਂ ਬਾਅਦ ਇਹ ਲਾਈਵ ਹੁੰਦਾ ਹੈ, ਲਾਈਵ ਦੇ ਵਿੱਚ ਦੱਸਦਾ ਹੈ ਕਿ ਜਿਹੜੀ ਕੁੜੀ ਭੱਜੀ ਸੀ, ਜਿਹੜੀ ਮੇਰੀ ਭੈਣ ਭੱਜੀ ਸੀ, ਉਸਦਾ ਮੈਂ ਕਤਲ ਕਰ ਦਿੱਤਾ ਹੈ। ਤਾਂ ਦੇਖੋ ਕਿੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਆਂਢੀ ਸੂਬੇ ਤੋਂ, ਜਿੱਥੇ ਇੱਕ ਭਰਾ ਨੇ ਆਪਣੀ ਭੈਣ ਦਾ ਕਤਲ ਕਰ ਦਿੱਤਾ। ਭਰਾ ਨਾਬਾਲਗ ਹੈ, ਨਾਬਾਲਗ ਗਨ ਲੈ ਕੇ ਜਾਂਦਾ ਹੈ, ਭੈਣ ਦੇ ਘਰੇ ਵੜਦਾ ਹੈ ਅਤੇ ਸਿੱਧਾ ਤਾੜ ਤਾੜ ਗੋਲੀਆਂ ਚਲਾ ਦਿੰਦਾ ਹੈ। ਤੁਹਾਨੂੰ ਦੱਸ ਦਈਏ ਕਿ ਭੈਣ ਦੇ ਗੋਲੀਆਂ ਲੱਗਣ ਦੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਅਤੇ ਉਸਦੀ ਸੱਸ ਅਤੇ ਉਸਦੀ ਨਨਾਣ ਜ਼ਖਮੀ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਪਰ ਬੇਹੱਦ ਵੱਡੀ ਖਬਰ, ਇੱਕ ਨਾਬਾਲਗ ਜਿਸਦੀ ਭੈਣ ਫਰਵਰੀ ਮਹੀਨੇ ਦੇ ਵਿੱਚ, ਇਸੇ ਸਾਲ ਦੇ ਫਰਵਰੀ ਮਹੀਨੇ ਦੇ ਵਿੱਚ ਭੱਜ ਕੇ ਵਿਆਹ ਕਰਵਾ ਲੈਂਦੀ ਹੈ। ਨਾਬਾਲਗ ਫਰਵਰੀ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਤੱਕ ਪਲੈਨਿੰਗ ਕਰਦਾ ਹੈ। ਇਹ ਕੱਟਾ ਜਿਹੜਾ ਪਿਸਟਲ ਤੁਹਾਨੂੰ ਦੇਖ ਰਹੀ ਹੈ, ਹਾਲਾਂਕਿ ਦੇਸੀ ਕੱਟਾ ਨਹੀਂ ਹੈ, ਇਸਦੇ ਕੋਲ ਪਿਸਟਲ ਕਿੱਥੋਂ ਆਈ, ਕਿਸ ਤਰ੍ਹਾਂ ਇਸਨੇ ਇਸ ਪਿਸਟਲ ਦਾ ਇੰਤਜ਼ਾਮ ਕੀਤਾ ਅਤੇ ਇਹ ਕਿਵੇਂ ਗੋਲੀਆਂ ਇਸਨੂੰ ਮਿਲੀਆਂ, ਤਾਂ ਸਾਰੀ ਜਿਹੜੀ ਜਾਂਚ ਪੜਤਾਲ ਹੈ ਉਹ ਪੁਲਿਸ ਵੱਲੋਂ ਕੀਤੀ ਜਾਏਗੀ। ਪਰ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਕਿ ਇੱਕ ਨਾਬਾਲਗ ਦੇ ਜ਼ਿਹਨ ਦੇ ਵਿੱਚ ਉਹ ਗੱਲ ਕਿਵੇਂ ਬੈਠ ਗਈ ਕਿ ਉਸਦੀ ਭੈਣ ਜਦ ਘਰੋਂ ਭੱਜ ਜਾਂਦੀ ਹੈ, ਉਸ ਨੂੰ ਲੋਕਾਂ ਦੇ ਤਾਨੇ ਮੀਣਿਆਂ ਦਾ ਸਾਹਮਣਾ ਕਰਨਾ ਪਿਆ, ਜਿਸਦਾ ਬਦਲਾ ਉਸਨੇ ਆਪਣੀ ਭੈਣ ਦੇ ਨਾਲ ਇੰਝ ਲਿੱਤਾ ਹੈ। ਤਾਂ ਦੇਖੋ ਲਾਈਵ ਹੋ ਕੇ ਉਸਨੇ ਸਾਰੀ ਗੱਲਬਾਤ ਕੀਤੀ ਹੈ। ਕਤਲ ਕਰਨ ਤੋਂ ਬਾਅਦ, ਗੋਲੀਆਂ ਮਾਰਨ ਤੋਂ ਬਾਅਦ ਜਦ ਵਾਪਸ ਆ ਰਿਹਾ ਹੁੰਦਾ ਹੈ ਤਾਂ ਲਾਈਵ ਹੁੰਦਾ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਤੇ, ਗਨ ਵੀ ਦਿਖਾਉਂਦਾ ਹੈ ਅਤੇ ਆਟੋ ਦੇ ਵਿੱਚ ਬੈਠ ਜਾਂਦਾ ਹੈ ਅਤੇ ਘਰਾਂ ਨੂੰ ਆਰਾਮ ਨਾਲ ਚੱਲ ਜਾਂਦਾ ਹੈ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਨਾਬਾਲਗ ਭਰਾ ਦੇ ਵੱਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਗਿਆ ਹੈ, ਉਹ ਵੀ ਦਿਨ ਦਿਹਾੜੇ। ਤਾਂ ਕੈਥਲ ਗੁਆਂਢੀ ਸੂਬੇ ਹਰਿਆਣੇ ਦੇ ਕੈਥਲ ਇਲਾਕੇ 'ਚੋਂ ਇਹ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਲਵ ਮੈਰਿਜ ਤੋਂ ਨਾਰਾਜ਼ ਭਰਾ ਨੇ ਆਪਣੇ ਭੈਣ ਦਾ ਕਤਲ ਕਰ ਦਿੱਤਾ ਹੈ। ਸਹੁਰੇ ਘਰ ਜਾ ਕੇ ਉਸਦੇ ਗੋਲੀਆਂ ਚਲਾਈਆਂ, ਭੈਣ ਦੀ ਮੌਤ ਹੋ ਗਈ ਹੈ ਅਤੇ ਉਸਦੀ ਨਨਾਣ ਅਤੇ ਸੱਸ ਹਾਲਤ ਜਿਹੜੀ ਹੈ ਉਹਨਾਂ ਦੀ ਗੰਭੀਰ ਦੱਸੀ ਜਾ ਰਹੀ ਹੈ। ਤਾਂ ਨਾਨਕਪੁਰੀ ਕਲੋਨੀ ਕੈਥਲ ਦੀ ਜਿੱਥੇ ਇਹ ਵੱਡੀ ਵਾਰਦਾਤ ਹੋਈ, ਤੁਹਾਨੂੰ ਦੱਸ ਦਈਏ ਕਿ ਫਰਵਰੀ 2024 ਨੂੰ ਕੋਮਲ ਰਾਣੀ, ਜੋ ਕਿ ਜਿਸਦਾ ਕਿ ਕਤਲ ਕਰ ਦਿੱਤਾ ਹੈ ਭਰਾ ਨੇ, ਭੈਣ ਦਾ ਨਾਮ ਕੋਮਲ ਰਾਣੀ ਸੀ, ਉਸਨੇ ਫਰਵਰੀ 24 ਨੂੰ, ਯਾਨੀ ਕਿ 2024 ਦੀ ਫਰਵਰੀ ਨੂੰ ਭੱਜ ਕੇ ਵਿਆਹ ਕਰਵਾਇਆ ਸੀ। ਬਸ ਉਸਨੂੰ ਇਹੀ ਗੱਲ ਭਰਾ ਨੂੰ ਖਟਕ ਰਹੀ ਸੀ ਕਿ ਉਸਦੀ ਭੈਣ ਆਖਿਰਕਾਰ ਉਸਦੀ ਮਰਜ਼ੀ ਬਗੈਰ, ਉਸਦੇ ਪਰਿਵਾਰ ਦੀ ਮਰਜ਼ੀ ਬਗੈਰ ਭੱਜ ਕਿਵੇਂ ਗਈ, ਵਿਆਹ ਕਿਵੇਂ ਕਰਵਾ ਲਿਆ। ਬਸ ਇਸੇ ਗੱਲ ਨੂੰ ਲੈ ਕੇ ਉਸਨੇ ਸਾਰਾ ਇੰਤਜ਼ਾਮ ਕੀਤਾ। ਆਖਿਰਕਾਰ ਇਸਦੇ ਕੋਲ ਇਹ ਪਿਸਟਲ, ਇਹ ਕੱਟਾ ਨਹੀਂ ਹੈ, ਇਹ ਪਿਸਟਲ ਆਇਆ ਕਿੱਥੋਂ? ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਭੈਣ ਦੇ ਘਰ ਜਾਂਦਾ ਹੈ, ਗੋਲੀਆਂ ਚਲਾਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲਾਈਵ ਹੁੰਦਾ ਹੈ। ਲਾਈਵ ਹੋ ਕੇ ਇਹ ਕਹਿੰਦਾ ਹੈ ਕਿ ਜਿਹੜੀ ਮਾਰੀ ਛੋਰੀ ਭੱਜ ਗਈ ਸੀ ਉਸ ਨੂੰ ਕਤਲ ਕਰ ਦਿੱਤਾ ਹੈ ਇਸਨੇ। ਤਾਂ ਦੇਖੋ ਇਹ ਤਸਵੀਰਾਂ ਜੋ ਕੈਥਲ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇੱਕ ਭਰਾ ਦੇ ਵੱਲੋਂ ਆਪਣੀ ਭੈਣ ਦਾ ਕਤਲ ਕਰ ਦਿੱਤਾ ਗਿਆ ਕਿਉਂਕਿ ਉਹ ਭੈਣ ਦੇ ਲਵ ਮੈਰਿਜ ਤੋਂ ਨਾਰਾਜ਼ ਸੀਗਾ। ਮੇਰੇ ਲੜਕੇ ਦਾ ਨਾਮ ਅਨਿਲ ਹੈ ਔਰ ਉਹਨਾਂ ਨੇ 5-6 ਮਹੀਨੇ ਪਹਿਲੇ ਕੋਰਟ ਮੈਰਿਜ ਕੀਤੀ ਆਪਣੀ ਮਰਜ਼ੀ ਸੇ ਦੋਨੋਂ ਬੱਚੋਂ ਨੇ।
और उसका सिलसिला काफ़ी दिनों से परेशान कर रहे थे, धमकियाँ धमकियाँ दे रहे थे। कभी माँ आ रही थी, कभी बाप आ रहा था, कभी मम्मी की धमकी आ रही थी, कभी चाचे भी उनके फ़ोन आ रहे थे। आज भाई आया उसके साथ, एक दो आदमी और आए बाइक पे, वो बाहर खड़े हो गए, अंदर आए, घर के अंदर गोलियां चला दी। वो लड़की जो घर में थी, कोमल जी, उनकी लड़की, उनको भी गोली मारी। मेरी घरवाली कांता धर्मपत्नी मेरी, उनको भी गोली मारी। मेरी लड़की अंजलि, उसको भी गोली मारी। एक लड़का था, वो थोड़ा ऊपर था, वो बच गया। बाकी परिवार वाले आसे पासे बच गए। बाकी मैं मौके पर नहीं था, जब गली मोहल्ले वाले सारे वहाँ मौजूद थे। अब एक तो एक्सपायर हो गया, दूसरे की हालत भी चंडीगढ़ की कह रहे हैं। जानते हो आप मारने वाले कौन थे? मारने वाला लड़का कई दिन पहले आया था, उस लड़की का भाई है। भाई है उसके, भाई है, बाप भी आया था, उसकी माँ भी आई थी उसके साथ। दो तीन आदमी और भी आए थे हमारे घर। उनको कहते हैं कोई बात नहीं, ये घर आएंगे, मिलना है कभी मिल जाएंगे। वो घर में एक दो बार आके देख गए, मौका हिसाब, उसका भाई ने देख के मौका हिसाब, वो साथ आए, बाहर लग के उन्हें ये काम किया है। छह महीने पहले बस देखिए, हमें सूचना मिली थी कि जो चौधरी मार्बल वाड़ी गली है उसमें कोई फायरिंग की घटना हुई है। उस पर हमारे SHO कंसर्न जो है तुरंत मौके पर पहुंच गए थे, और जैसा कि इंजर्ड यहाँ पे इलाज के लिए ले आए थे, तो उसमें तीन इंजर्ड की हमें सूचना मिली है और लेडीज़ हैं। तो ये मामला, इस पर स्टेटमेंट ली जा रही है जो उनके परिवार के मेंबर हैं, और उसके आधार पे हम FIR लॉन्च करेंगे। जी कुछ थोड़ा अभी इस स्टेज पे पता चला है, बाकी जैसा वो स्टेटमेंट देते हैं उसके अकॉर्डिंग हम FIR दर्ज करते हैं। देखिए अभी वो स्टेटमेंट रिकॉर्ड की जा रही है, वो जैसा स्टेटमेंट देंगे वो आपको बता दी जाएगी। उसके अंदर तीन नहीं, अभी हम इन्वेस्टिगेशन, अभी ये FIR दर्ज करी जा रही है। मैं बता रहा हूँ आपको कि अभी हम वो स्टेटमेंट रिकॉर्ड करवा रहे हैं, तो उसके आधार पर करेंगे।